हेलो एवरीवन दिस इज साक्षी अग्रवाल फ्रॉम मलेर कोटला आई वेलकम यू ऑल ऑन मेहनती बच्चे आज इस वीडियो दे विच जो पीपीएससी ने रिसेंटली एग्रीकल्चर डेवलपमेंट ऑफिसर दी पोस्ट कडियां ने ओदे बारे डिस्कस करंगे अगर PPSU ਦੀ ਨੋਟੀਫਿਕੇਸ਼ਨ ਅਕੋਰਡਿੰਗ ਦੇਖਿਆ ਤਾਂ 8 ਮਾਰਚ 2020 ਨੂੰ ਦਾ ਐਗਜ਼ਾਮ ਕੰਡਕਟ ਕੀਤਾ ਜਾਊਗਾ ਤਾਂ অলਮੋਸਟ ਤੁਹਾਡੇ ਕੋਲ 1 ਮੰਥ ਹੈ ਜੀ ਤਿਆਰੀ ਦੇ ਲਈ ਸੋ ਇਸ ਵੀਡੀਓ ਦੇ ਵਿੱਚ ਆਪਾਂ ਪੂਰੀ ਸਟ੍ਰੈਟੇਜੀ ਡਿਸਕਸ ਕਰਾਂਗੇ ਕਿ ਕਿਹੜੇ ਸੋਰਸਸ ਤੁਸੀਂ ਫਾਲੋ ਕਰਨੇ ਹੈ ਕਿਹੜੇ ਟਾਪਿਕਸ ਪੜ੍ਹਨੇ ਹੈ ਜਿਦੇ ਵਿੱਚ ਕੁਐਸਚਨਸ ਆ ਸਕਦੇ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਹੜੇ ਵੀ ਸਟੂਡੈਂਟਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ ਸੋ ਸਟਾਰਟ ਕਰਦੇ ਆਂ ਅੱਜ ਦੀ ਸਭ ਤੋਂ ਪਹਿਲਾਂ ਕੁਝ ਬੇਸਿਕ ਪੁਆਇੰਟਸ ਦੇਖਦੇ ਹਾਂ ਰਿਗਾਰਡਿੰਗ ਦਿਸ ਨੋਟੀਫਿਕੇਸ਼ਨ ਅਗਰ ਆਪਾਂ ਪੂਰੀ ਪ੍ਰੋਸੈਸ ਦੀ ਗੱਲ ਕਰੀਏ ਤਾਂ ਜਿਹੜਾ ਐਗਜ਼ਾਮ ਹੈ ਉਹ ਦੋ ਸਟੇਜਿਸ ਦੇ ਵਿੱਚ ਕੰਡਕਟ ਕੀਤਾ ਜਾਊਗਾ ਇੱਕ ਹੈਗਾ ਰਿਟਰਨ ਐਗਜ਼ਾਮ ਤੇ ਸੈਕੰਡ ਹੈ ਇੰਟਰਵਿਊ ਓਕੇ ਜਿਹੜਾ ਰਿਟਰਨ ਐਗਜ਼ਾਮ ਹੈ ਉਹ 300 ਮਾਰਕਸ ਦਾ ਹੈ ਜਿਹਦੇ ਵਿੱਚ ਟੋਟਲ 120 ਕੁਐਸਚਨਸ ਆਣਗੇ 2.5 ਮਾਰਕਸ ਈਚ ਤੇ ਇਹਦੇ ਵਿੱਚ ਕੋਈ ਵੀ 네ਗੇਟਿਵ ਮਾਰਕਿੰਗ ਨਹੀਂ ਹੈ ਇਹ ਚੀਜ਼ ਇੰਪੋਰਟੈਂਟ ਹੈ ਧਿਆਨ ਰੱਖਿਓ ਇਸ ਲਈ ਸਾਰੇ ਕੁਐਸਚਨਸ ਅਟੈਂਪਟ ਕਰਕੇ ਆਈਓ ਓਕੇ ਕਈ ਵਾਰ ਤੁੱਕਾ ਲੱਗ ਜਾਂਦਾ ਸੋ ਇਨਵੋ ਅਟੈਂਪਟ ਕਰਕੇ ਆਇਓ ਕੋਈ ਵੀ ਛੱਡ ਕੇ ਨਾ ਆਇਓ ਉਸ ਤੋਂ ਇਲਾਵਾ ਅਗਰ ਇੰਟਰਵਿਊ ਦੀ ਗੱਲ ਕਰੀਏ ਤਾਂ ਇੰਟਰਵਿਊ 40 ਮਾਰਕਸ ਦਾ ਹੈ ਸੋ ਟੋਟਲ ਅਗਰ ਦੇਖੀਏ 340 ਮਾਰਕਸ ਦਾ ਪੂਰਾ ਤੁਹਾਡਾ ਪ੍ਰੋਸੈਸ ਹੈ ਓਕੇ ਹੁਣ ਅਗਰ ਆਪਾਂ ਟਾਈਮ ਦੀ ਗੱਲ ਕਰੀਏ ਤਾਂ 2 ਆਵਰਸ ਦਿੱਤੇ ਜਾਣਗੇ ਪੇਪਰ ਨੂੰ ਕੰਪਲੀਟ ਕਰਨ ਦੇ ਲਈ ਠੀਕ ਹੈ ਸੋ ਇਹ ਚੀਜ਼ ਨੂੰ ਵੀ ਮਾਈਂਡ ਚ ਲੈ ਕੇ ਚੱਲਿਓ ਸੋ ਹੁਣ ਆਪਾਂ ਸਿਲੇਬਸ ਦੇਖਦੇ ਆਂ ਦੇ ਵਿੱਚ ਜਿਹੜਾ ਉਹਨਾਂ ਨੇ ਆਫੀਸ਼ੀਅਲ ਨੋਟੀਫਿਕੇਸ਼ਨ ਚ ਦਿੱਤਾ ਹੋਇਆ ਹੈ 100 ਕੁਐਸਚਨਸ ਆਣਗੇ ਐਗਰੀਕਲਚਰ ਸਬਜੈਕਟ ਦੇ ਵਿੱਚੋਂ ਬੇਸਿਕਲੀ ਜਿਹੜਾ ਬੀਐਸਸੀ ਦਾ ਐਗਰੀਕਲਚਰ ਵਾਲੇ ਜਿਹੜੇ ਟੌਪਿਕਸ ਆਉਂ ਹੈ ਆਪ ਅੱਗੇ ਡਿਸਕਸ ਕਰਾਂਗੇ ਉਹਨਾਂ ਬਾਰੇ ਸੋ ਟੋਟਲ 250 ਮਾਰਕਸ ਦੇ ਹੋਗੇ ਥੈਨ ਲੌਜੀਕਲ ਰੀਜ਼ਨਿੰਗ 멘ਟਲ ਐਬਿਲਿਟੀ 10 ਕੁਐਸ਼ਨਸ ਆਣਗੇ 25 ਮਾਰਕਸ ਥੈਨ ਜਰਨਲ ਨੌਲੇਜ ਕਰੰਟ ਅਫੇਅਰਸ 10 ਕੁਐਸ਼ਨ 25 ਮਾਰਕਸ ਯਾਨੀ ਕਿ ਜਿਹੜਾ ਮੇਨ ਪੋਰਸ਼ਨ ਹੈ ਉਹ ਪੂਰਾ ਸਬਜੈਕਟ ਦੇ ਸਿਲੇਬਸ ਯਾਨੀ ਕਿ ਐਗਰੀਕਲਚਰ ਦੇ ਵਿੱਚੋਂ ਆਊਗਾ ਤੇ ਬਾਕੀ ਜਿਹੜਾ 50 ਮਾਰਕਸ ਦਾ ਪੇਪਰ ਹੈ ਉਹ ਲੌਜੀਕਲ ਰੀਜ਼ਨਿੰਗ ਤੇ ਕਰੰਟ ਅਫੇਅਰਸ ਜਾਂ ਜੀਕੇ ਚ ਆਊਗਾ ਓ ਦੈਨ ਹੁਣ ਆਪਾਂ ਸਭ ਤੋਂ ਪਹਿਲਾਂ ਡਿਸਕਸ ਕਰਦੇ ਹਾਂ ਰਿਗਾਰਡਿੰਗ ਰੀਜ਼ਨਿੰਗ ਦੇਖੋ ਰੀਜ਼ਨਿੰਗ ਦੇ ਵਿੱਚ ਮੈਂ ਤੁਹਾਨੂੰ ਮੇਨ ਟਾਪਿਕਸ ਵੀ ਦੱਸੂੰ ਵੀ ਸਭ ਤੋਂ ਪਹਿਲਾਂ ਤੁਸੀਂ ਕਿਹੜੇ ਟਾਪਿਕਸ ਤਿਆਰ ਕਰਨੇ ਆ ਕਿੱਥੋਂ ਕਰਨੇ ਆ ਇਹ ਵੀ ਦੱਸੂੰਗੀ ਤੇ ਜਿਹੜੇ ਬਾਕੀ ਦੇ ਕੁਝ ਜ਼ਿਆਦਾ ਇੰਪੋਰਟੈਂਟ ਟਾਪਿਕਸ ਨਹੀਂ ਹੈਗੇ ਬਟ ਜਿਹੜੇ ਸਿਲੇਬਸ ਚ ਆਉਂਦੇ ਆ ਉਹ ਵੀ ਦੱਸੂੰਗੀ ਓਕੇ ਸਭ ਤੋਂ ਪਹਿਲਾਂ ਦੇਖੋ ਰੀਜ਼ਨਿੰਗ ਦੇ ਵਿੱਚ ਅਗਰ ਆਪਾਂ ਲੌਜੀਕਲ ਡਿਡਕਸ਼ਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਮੇਨ ਟਾਪਿਕਸ ਆ ਉਹ ਹੈਗਾ ਲੌਜੀਕ ਜਿਹਦੇ ਵਿੱਚ ਸਿਲੋਜਿਜ਼ਮ ਹੁੰਦਾ ਓਕੇ ਦੈਨ ਸਟੇਟਮੈਂਟ ਕਨਕਲੂਜਨ ਐਂਡ ਦ ਥਰਡ ਵਨ ਇਜ਼ ステートमेंट और कोर्स ऑफ एक्शन ਜਿਹੜਾ 스테ਟਮੈਂਟ ਕੋਰਸ ਆਫ ਐਕਸ਼ਨ ਹੈ ਇੰਨਾ ਜ਼ਿਆਦਾ ਇੰਪੋਰਟੈਂਟ ਨਹੀਂ ਹੈ ਅਗਰ ਤੁਸੀਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਟੌਪਿਕਸ ਤੇ ਗੱਲ ਪੁੱਛੋ ਤਾਂ ਉਹ ਦੋ ਹੀ ਨੇ ਲੌਜੀਕ ਤੇ 스테ਟਮੈਂਟ ਕਨਕਲੂਜਨ ਸੋ ਇਹ ਦੋ ਚੈਪਟਰ ਤੁਸੀਂ ਤਿਆਰ ਕਰ ਸਕਦੇ ਹੋ ਤੇ ਕਿੱਥੋਂ ਕਰਨੇ ਆ ਤੁਸੀਂ ਤਿਆਰ આરਐਸ ਅਗਰਵਾਲ ਦੀ ਬੁੱਕ ਆਉਂਦੀ ਹੈ ਇਕ ਲੌਜੀਕਲ ਰੀਜ਼ਨਿੰਗ ਵਾਲੀ ਉਹ ਤੋਂ ਤੁਸੀਂ ਤਿਆਰ ਕਰ ਸਕਦੇ ਹੋ ਓਕੇ ਦੈਨ ਨੈਕਸਟ ਅਗਰ ਆਪਾਂ ਗੱਲ ਕਰੀਏ ਰੀਜ਼ਨਿੰਗ ਦੇ ਸੈਕੰਡ ਟਾਪਿਕ ਦਿਓ ਹੈਗਾ ਵਰਬਲ ਰੀਜ਼ਨਿੰਗ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਬੇਸਿਕਲੀ ਤਿੰਨ ਆਪਣੇ ਕੋਲ ਟਾਪਿਕਸ ਹੁੰਦੇ ਨੇ ਰੀਜ਼ਨਿੰਗ ਦੇ ਅੰਦਰ ਸਭ ਤੋਂ ਜ਼ਿਆਦਾ ਜਿਹੜਾ ਇੰਪੋਰਟੈਂਟ ਆ ਵਰਬਲ ਰੀਜ਼ਨਿੰਗ ਹੈ ਓਕੇ ਹੁਣ ਇਹਦੇ ਵਿੱਚ ਪਹਿਲਾਂ ਇੱਕ ਇਹ ਕਰਕੇ ਟਾਪਿਕਸ ਦੇਖਦੇ ਆ ਵੀ ਕਿਹੜਾ ਕਿਸ ਨਾਲ ਰਿਲੇਟਡ ਹੈ ਸਭ ਤੋਂ ਪਹਿਲਾਂ ਪਜ਼ਲ ਦੇ ਵਿੱਚ ਤੁਹਾਡੇ ਕੋਲ ਕੋਈ ਸਿਚੁਏਸ਼ਨ ਦਿੱਤੀ ਹੋਊਗੀ ਤਾਂ ਉਹਦੇ ਬੇਸਿਸ ਤੇ ਕੁਐਸਚਨ ਸੋਲਵ ਕਰਨੇ ਹੁੰਦੇ ਆ ਦੈਨ ਬਲੱਡ ਰਿਲੇਸ਼ਨ ਦੇ ਵਿੱਚ ਤੁਹਾਨੂੰ ਰਿਸ਼ਤੇਦਾਰੀਆਂ ਕੱਢਣੀਆਂ ਹੁੰਦੀਆਂ ਵੀ ਉਹ ਦਾ ਇਹ ਲੱਗਦਾ ਉਹ ਦਾ ਇਹ ਲੱਗਦਾ కోడింగ్ డికోడింగ్ ਦੇ ਵਿੱਚ ਕਿ ਤੁਹਾਨੂੰ ਕੋਈ ਕੋਡ ਦਿੱਤਾ ਹੈ ਜਿਵੇਂ ए बी सी डी ਤੁਹਾਨੂੰ ਦੇਤਾ ਕਿ 1 2 3 4 ਦੇ ਇਕੁਅਲ ਹੈ ਤਾਂ ਤੁਸੀਂ ਦੱਸੋ ई एफ ਜੀ ਐਚ ਕਿਹਦੇ ਇਕੁਅਲ ਹੋਊਗਾ ਓਕੇ ਸੋ ਇਸ ਤਰੀਕੇ ਦਾ ਕੁਝ 기ਵਨ ਹੁੰਦਾ ਹੈ ਥੈਨ ਡਾਇਰੈਕਸ਼ਨ ਦੇ ਵਿੱਚ ਕਿ ਕੋਈ ਪਰਸਨ ਬਾਰੇ ਦੱਸਤਾ ਕਿ ਉਹ 5 ਕਿਲੋਮੀਟਰਸ ਰਾਈਟ ਮੁੜਿਆ ਥੈਨ 10 ਕਿਲੋਮੀਟਰਸ ਲੈਫਟ ਮੁੜਿਆ ਤਾਂ ਦੱਸੋ ਉਹਦੀ ਪੋਜੀਸ਼ਨ ਕੀ ਹੈ ਉਸ ਟਾਈਪ ਦੇ ਕੁਐਸਚਨ ਐਨਲੋਜੀ ਦੇ ਵਿੱਚ ਰਿਲੇਸ਼ਨ ਦੱਸਣਾ ਹੁੰਦਾ ਹੈ ਥੈਨ ਨੈਕਸਟ ਅਲਫਾਨੂਮੈਰਿਕ ਸੀਰੀਜ਼ ਇਹਦੇ ਵਿੱਚ ਥੋੜੇ ਕੋਲ ਨੰਬਰਸ ਤੇ ਲੈਟਰਸ गिवन ਹੁੰਦੇ ਤਾਂ ਉਹਦੇ ਵਿੱਚ ਕੁਝ ਰਿਲੇਸ਼ਨ ਫਾਈਂਡ ਕਰਨਾ ਹੁੰਦਾ ਹੈ then ਮਿਸਿੰਗ ਕੈਰੈਕਟਰ ਮਿਸਿੰਗ ਕੈਰੈਕਟਰ ਦੇ ਵਿੱਚ ਤੁਹਾਡੇ ਕੋਲ ਕੋਈ ਜਿਵੇਂ ਆਪਣੇ ਕੋਲ ਕੋਈ ਸੀਰੀਜ਼ गिवन ਆ ਉਹਦੇ ਵਿੱਚ ਜਿਹੜਾ ਕੈਰੈਕਟਰ ਮਿਸਿੰਗ ਆ ਉਹਦੇ ਬਾਰੇ ਦੱਸਣਾ ਹੁੰਦਾ ਹੈ ਜਾਂ ਪਿਕਟੋਰੀਅਲ ਫਾਰਮ ਚ ਕੋਈ ਚਾਰਟ ਦੇ ਦੇ ਤਰ੍ਹਾਂ ਆਪਣੇ ਕੋਲ ਦਿੱਤਾ ਹੁੰਦਾ ਤਾਂ ਕੋਈ ਨੰਬਰ ਫਾਈਂਡ ਕਰਨਾ ਹੈ देन ਸੀਰੀਜ਼ ਕੰਪਲੀਸ਼ਨ ਜਿਵੇਂ ਆਪਣੇ ਕੋਲ 2 3 4 ਦਿੱਤਾ ਤਾਂ ਦੋਸਤੋ ਇਹ ਤੋਂ ਬਾਅਦ ਕੀ ਆਊਗਾ ਐਵੇਂ ਦੀ ਕੋਈ ਚੀਜ਼ देन ਕਲਾਸੀਫਿਕੇਸ਼ਨ देन ਮੈਥਮੈਟੀਕਲ ਆਪਰੇਸ਼ਨਸ ਦੇ ਵਿੱਚ ਕੀ ਹੈ ਕਿ ਅਗਰ ਡਿਵੀਜ਼ਨ ਨੂੰ ਸਬਟ੍ਰੈਕਸ਼ਨ ਬੋਲਾਂਗੇ ਠੀਕ ਹੈ ਸਬਟ੍ਰੈਕਸ਼ਨ ਨੂੰ ਐਡੀਸ਼ਨ ਬੋਲਾਂਗੇ ਤਾਂ ਰਿਲੇਸ਼ਨ ਫਾਈਂਡ ਕਰੋ देन ਵੈਨ ਡਾਇਗਰਾਮ ਦੇ ਵਿੱਚ ਸਟੇਟਮੈਂਟਸ ਦਿੱਤੇ ਹੁੰਦੇ ਆ ਉਹਦੇ ਬੇਸਿਸ ਤੇ ਆਪਾਂ ਨੇ ਡਾਇਗਰਾਮ ਸਟਰਾ ਕਰਨੇ ਹੁੰਦੀਆਂ ਹੈ ਵਰਡ ਸੀਕੁਐਂਸ ਦੇ ਵਿੱਚ ਕੀ ਹੁੰਦਾ ਜਿਵੇਂ ਡਿਕਸ਼ਨਰੀ ਦੇ ਵਿੱਚ ਜਿਹੜੇ ਵਰਡਸ ਜਿਵੇਂ ਅਰੇਂਜ ਹੋਏ ਹੁੰਦੇ ਜਿਵੇਂ A B C D ਉਸ ਟਾਈਪ ਨਾਲ ਆਪਾਂ ਨੇ ਅਰੇਂਜ ਕਰਨੇ ਹੁੰਦੇ ਆ। ਦੈਨ ਅਸਰਸ਼ਨ ਰੀਜ਼ਨਿੰਗ ਦੇ ਵਿੱਚ ਆਪਣੇ ਕੋਲ ਸਟੇਟਮੈਂਟਸ 기ਵਨ ਹੁੰਦੇ। ਉਸ ਤੋਂ ਬਾਅਦ ਰੈਂਕਿੰਗ ਰੈਂਕਿੰਗ ਵੀ ਇੰਪੋਰਟੈਂਟ ਹੈ। ਰੈਂਕਿੰਗ ਦੇ ਵਿੱਚ ਬੇਸਿਕਲੀ ਕੀ ਹੁੰਦਾ ਜਿਵੇਂ ਆਪਣੇ ਕੋਲ ਪਤਾ ਹੈ ਕਿ ਟੋਟਲ ਸਟੂਡੈਂਟਸ ਇੱਕ ਕਲਾਸ ਦੇ ਵਿੱਚ ਇੰਨੇ ਆ। ਟੌਪ ਤੋਂ ਕਿਸੇ ਪਾਰਟਿਕੂਲਰ ਸਟੂਡੈਂਟ ਦਾ ਆਪਾਂ ਨੂੰ ਰੈਂਕ ਪਤਾ ਤਾਂ ਬਾਟਮ ਤੋਂ ਦੱਸੋ ਇਸ ਟਾਈਪ ਦੇ ਕੁਐਸਚਨਸ ਆਉਂਦੇ ਆ। ਦੈਨ ਲਾਸਟ ਇਜ਼ ਅਰਥਮੈਟਿਕ ਰੀਜ਼ਨਿੰਗ। ਅਰਥਮੈਟਿਕ ਰੀਜ਼ਨਿੰਗ ਬੇਸਿਕਲੀ ਇੱਕ ਚੈਪਟਰ ਜਾਂ ਪੂਰਾ ਆਰ ਐਸ ਅਗਰਵਾਲ ਦੇ ਵਿੱਚ ਉਹਦੇ ਵਿੱਚ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਕੁਐਸਚਨਸ ਦਿੱਤੇ ਹੋਏ ਜਿਵੇਂ ਏਜ ਤੇ ਬੇਸਿਸ ਤੇ ਆ ਜਾਣਗੇ ਜਾਂ ਫਿਰ ਕੋਈ ਆਪਣੇ ਕੋਲ ਕੰਡੀਸ਼ਨ ਗਿਵਨ ਆ ਉਹਦੇ ਬੇਸਿਸ ਤੇ ਆ ਜਾਣਗੇ ਸੋ ਉਹ ਇੱਕ ਪਾਰਟਿਕੂਲਰ ਚੈਪਟਰ ਹੈ ਉਹ ਵੀ ਤੁਸੀਂ ਤਿਆਰ ਕਰਿਓ ਬਿਕੋਜ਼ ਇਹਦੇ ਵਿੱਚ ਡਾਇਰੈਕਟ ਕੁਐਸਚਨਸ ਆਉਂਦੇ ਆ ਓਕੇ ਹੁਣ ਆਪਾਂ ਮੇਨ ਚੈਪਟਰ ਦੀ ਗੱਲ ਕਰਦੇ ਆ ਦੇਖੋ ਜਿਹੜਾ ਮੇਨ ਚੈਪਟਰ ਹੈ ਸਭ ਤੋਂ ਪਹਿਲਾਂ ਪਜ਼ਲ ਦੈਨ ਬਲੱਡ ਰਿਲੇਸ਼ਨ ਕੋਡਿੰਗ ਡੀਕੋਡਿੰਗ ਡਾਇਰੈਕਸ਼ਨ ਐਨਾਲੋਗੀ ਅਲਫਾ ਨਿਊਮੈਰਿਕ ਸੀਰੀਜ਼ missing character okay series completion classification ਚ ਆ ਵੀ ਸਕਦਾ ਹੈ ਨਹੀਂ ਵੀ ਆ ਸਕਦਾ देन ਨੈਕਸਟ ਇਜ਼ ਮੈਥਮੈਟਿਕਲ ਆਪਰੇਸ਼ਨਸ ਰੈਂਕਿੰਗ ਤੇ ਅਰਥਮੈਟਿਕ ਰੀਜ਼ਨਿੰਗ ਇਹ ਐਸੇ ਨੇ ਜਿਹੜੇ ਤੁਸੀਂ ਨਹੀਂ ਛੱਡ ਸਕਦੇ ਜਿਦੇ ਵਿੱਚ ਕੁਐਸਚਨਸ ਆਉਂਦੇ ਹੀ ਆਉਂਦੇ ਆ ਓਕੇ ਹੁਣ ਇਹ ਵਾਲੇ ਪੇਪਰ ਨਾਲ ਕੀ ਸੀਨ ਹੈ ਇਹਦੇ ਵਿੱਚ ਘੱਟ ਕੁਐਸਚਨਸ ਆਣੇ ਜਿਵੇਂ 10 ਕੁਐਸਚਨਸ ਆਣੇ ਰੀਜ਼ਨਿੰਗ ਦੇ ਤਾਂ ਤੁਸੀਂ ਮੇਨ ਮੇਨ ਚੈਪਟਰਸ ਇਹ ਵਾਲੇ ਪਹਿਲਾਂ ਤਿਆਰ ਕਰ ਲਓ ਬਾਕੀ ਦੇ ਬਾਅਦ ਚ ਦੇਖ ਲਿਓ ਠੀਕ ਹੈ ਹੁਣ ਦੇਖੋ ਤੁਸੀਂ ਤਿਆਰ ਕਿੱਥੋਂ ਕਰਨੇ ਜਿਹੜਾ ਪਜ਼ਲ ਹੈ ਬਲੱਡ ਰਿਲੇਸ਼ਨ ਹੈ ਕੋਡਿੰਗ ਡੀਕੋਡਿੰਗ ਡਾਇਰੈਕਸ਼ਨ ਅਲਫਾਨੂਮੈਰਿਕ ਸੀਰੀਜ਼ ਰੈਂਕਿੰਗ ਓਕੇ ਰੈਂਕਿੰਗ ਦੀ ਇੱਕ ਵੀਡੀਓ ਅਪਲੋਡ ਕੀਤੀ ਹੋਈ ਹੈ ਬਾਕੀ ਦੀਆਂ ਵੀ ਆਹ ਹੋ ਜਾਣਗੇ ਅਪਲੋਡ ਆਉਣ ਵਾਲੇ ਟਾਈਮ 'ਚ ਸੋ ਇਹ ਵਾਲੇ ਜਿਹੜੇ ਚੈਪਟਰਸ ਆ ਨਾ ਤੁਹਾਨੂੰ ਚੈਨਲ ਦੇ ਉੱਪਰ ਵੀਡੀਓਜ਼ ਮਿਲ ਜਾਣਗੀਆਂ ਉਹ ਦੇਖ ਲਓ ਇਨਫ ਰੋਗਾ ਬਿਕਾਜ਼ 10 ਮਾਰਕਸ ਆਣੇ ਉਹਦੇ ਵਿੱਚ ਸਾਰੇ ਟੌਪਿਕ ਵਾਈਜ਼ ਹਰ ਇੱਕ ਟਾਈਪ ਡਿਸਕਸ ਕੀਤੀ ਹੋਈ ਹੈ ਇਹ ਚੈਪਟਰਸ ਜੀ ਸੋ ਉਹਨਾਂ ਨੂੰ ਦੇਖ ਲਓ ਤੇ ਥੋੜੀ ਜਿਹੀ ਆਰ ਸੱਗਰਵਾਲ ਬੁੱਕ 'ਚ ਪ੍ਰੈਕਟਿਸ ਕਰ ਲਓ ਤੁਹਾਡਾ ਕੰਮ ਉੱਥੇ ਹੋ ਜਾਣਾ ਓਕੇ ਉਤੋ ਬਾਅਦ ਹੁਣ ਅਗਰ ਆਪਾਂ ਨੈਕਸਟ 3rd ਪਾਰਟ ਦੀ ਗੱਲ ਕਰੀਏ ਨੋਨ ਵਰਬਲ ਰੀਜ਼ਨਿੰਗ ਨੋਨ ਵਰਬਲ ਰੀਜ਼ਨਿੰਗ ਜਿਹੜਾ ਹੈ ਇਹਦੇ ਵਿੱਚ ਦੋ ਹੀ ਟੌਪਿਕਸ ਇੰਪੋਰਟੈਂਟ ਹੈ ਐਨਾਲਿਟিক্যাল ਰੀਜ਼ਨਿੰਗ ਤੇ ਕਯੂਬਸ ਐਂਡ ਡਾਈਸ ਕਯੂਬ ਐਂਡ ਡਾਈਸ ਦੀ ਵੀ ਤੁਹਾਨੂੰ ਵੀਡੀਓਜ਼ ਮਿਲ ਜਣਗੀਆਂ ਚੈਨਲ ਉੱਪਰ ਉਹ ਦੇਖ ਲਓ ਮੋਰ ਥੈਨ ਇਨਫ ਤੇ ਥੋੜਾ ਬਹੁਤ ਤੁਸੀਂ ਪ੍ਰੈਕਟਿਸ ਕਰ ਲਿਓ ਓਕੇ ਐਨਾਲਿਟিক্যাল ਰੀਜ਼ਨਿੰਗ ਦੇ ਵਿੱਚ ਬੇਸਿਕਲੀ ਕੀ ਹੁੰਦਾ ਕਿ ਆਪਣੇ ਕੋਲ ਕੋਈ ਡਾਇਗਰਾਮ ギਵਨ ਹੈ ਉਹਦੇ ਵਿੱਚ ਦੱਸੋ ਨੰਬਰ ਆਫ ਸਟ੍ਰੇਟ ਲਾਈਨਸ ਕਿੰਨੀਆਂ ਹੈ ਨੰਬਰ ਆਫ ਟ੍ਰਾਇੰਗਲਸ ਕਿੰਨੇ ਹਨ ਨੰਬਰ ਆਫ ਰੈਕਟੈਂਗਲਸ ਕਿੰਨੇ ਹਨ ਸੋ ਉਸ ਟਾਈਪ ਦੇ ਕੁਐਸਚਨਸ ਆਉਂਦੇ ਆ 11 ਸ ਅਗਰਵਾਲ ਜੋ ਤੁਸੀਂ ਉਹ ਕੁਐਸਚਨਸ ਉਸ ਟਾਈਪ ਦੇ ਸੋਲਵ ਕਰ ਸਕਦੇ ਹੋ ਓਕੇ ਆਈ ਹੋਪ ਰੀਜ਼ਿੰਗ ਤੁਹਾਨੂੰ ਸਮਝ ਆ ਗਿਆ ਹੋ ਜਿਹੜੀ ਵੀ ਵੀਡੀਓਜ਼ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੂ ਸੋ ਤੁਸੀਂ ਉੱਥੋਂ ਦੇਖ ਸਕਦੇ ਹੋ ਹੁ नेक्स्ट ਆਪਾਂ ਗੱਲ ਕਰਦੇ ਆ ਜੀਕੇ ਦੀ ਜੀਕੇ ਦੇ ਵਿੱਚ ਵੀ 10 ਕੁਐਸਚਨਸ ਆਨੇ ਆ ਓਕੇ ਜੀਕੇ ਨੂੰ ਆਪਾਂ 3 ਪਾਰਟਸ ਡਿਵਾਈਡ ਕਰ ਸਕਦੇ ਆ ਸਭ ਤੋਂ ਪਹਿਲਾਂ ਕਰੰਟ ਅਫੇਅਰ ਥੈਨ ਸੈਕੰਡ ਇਜ਼ ਪੰਜਾਬ ਸਟੈਟਿਕ ਪਾਰਟ ਐਂਡ ਥਰਡ ਵਨ ਇਜ਼ ਸਟੈਟਿਕ ਪਾਰਟ ਸਟੈਟਿਕ ਜੀਕੇ ਦੇ ਵਿੱਚ ਕਿਹੜੇ-ਕਿਹੜੇ ਆਪਣੇ ਕੋਲ ਸਬਜੈਕਟਸ ਐ ਮਾਡਰਨ ਹਿਸਟਰੀ ਮੇਨ ਜਿਹੜੇ ਆਉਂਦੇ ਆ ਪੀਪੀਐਸਸੀ ਦੇ ਪੇਪਰਸ ਬਿਕਾਜ਼ ਉੱਥੇ ਸਿਰਫ ਇਹਨਾਂ ਨੇ ਸਿਲੇਬਸ ਦੇ ਵਿੱਚ ਜੀਕੇ ਲਿਖਵਾਇਆ ਕੁਝ ਅਗਿਆ ਉਹਨਾਂ ਨੇ ਐਕਸਪਲੇਨ ਨਹੀਂ ਕੀਤਾ ਸੋ ਜਿਹੜੇ ਮੇਨ-ਮੇਨ ਆਉਂਦੇ ਆ ਬੇਸਡ ਔਨ ਪ੍ਰੀਵੀਅਸ ਪੈਟਰਨ ਉਹਦਾ ਆਸਰੇ ਮੈਂ ਤੁਹਾਨੂੰ ਓਕੇ ਦੈਨ ਪੋਲੀਟੀ ਦੈਨ ਸਾਇੰਸ ਇਨਵਾਇਰਨਮੈਂਟ ਜੋਗ੍ਰਾਫੀ ਜ਼ਿਆਦਾ ਨਹੀਂ ਪੁੱਛਦੇ ਇਨਵਾਇਰਨਮੈਂਟ ਜ਼ਿਆਦਾ ਆਉਂਦੀ ਹੈ ਪੀਪੀਐਸਸੀ ਐਗਜ਼ਾਮਸ ਦੇ ਵਿੱਚ ਉਸ ਤੋਂ ਇਲਾਵਾ ਲਾਸਟ ਦੇ ਵਿੱਚ ਇਕਨੋਮਿਕਸ ਓਕੇ ਹੁਣ ਸਭ ਤੋਂ ਪਹਿਲਾਂ ਆਪਾਂ ਇੱਕ ਇੱਕ ਕਰਕੇ ਇਹਨਾਂ ਬਾਰੇ ਡਿਸਕਸ ਕਰਦੇ ਹਾਂ ਅਗਰ ਮੈਂ ਸਟੈਟਿਕ ਪਾਰਟ ਦੀ ਗੱਲ ਕਰਾਂ ਜਿਹੜਾ ਸਟੈਟਿਕ ਹੈ ਇਹਦੇ ਵਿੱਚ ਕੁਝ ਹੋਰ ਟਾਪਿਕਸ ਵੀ ਹੈ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਓਕੇ ਤੇ ਇੱਕ ਹੋਰ ਗੱਲ ਜਿਹੜਾ ਪੀਪੀਐਸਸੀ ਦੇ ਇਗਜ਼ਾਮਸ ਹਨ ਉਹਨਾਂ ਦਾ ਇੱਕ ਖਾਸ ਗੱਲ ਕੀ ਹੁੰਦੀ ਹੈ ਕਿ ਉਹ ਪ੍ਰੀਵੀਅਸ ਇਅਰ ਕੁਐਸ਼ਨਸ ਚ ਬਹੁਤ ਜ਼ਿਆਦਾ ਕੁਐਸ਼ਨਸ ਪੁੱਛਦੇ ਆ ਉਹਨਾਂ ਨਾਲ ਮਿਲਦੇ ਜੁਲਦੇ ਵੀ ਪੁੱਛਦੇ ਆ ਓਕੇ ਸੋ ਇਹ ਚੀਜ਼ ਨੂੰ ਕਵਰ ਕਰਨ ਦੇ ਲਈ ਤੁਹਾਨੂੰ ਚੈਨਲ ਦੇ ਉੱਪਰ ਪੋਲੀਟੀ এনवायरमेंट ਸਾਇੰਸ ਤੇ ਮਾਡਰਨ ਹਿਸਟਰੀ ਇਹਨਾਂ ਚਾਰਾ ਸਬਜੈਕਟਸ ਦੇ ਅੱਜ ਤੱਕ ਜਿੰਨੇ ਵੀ ਕੁਐਸ਼ਨਸ ਆਏ ਹੋਏ ਆ ਟੌਪਿਕ ਵਾਈਜ਼ ਉਹ ਸਾਰੇ ਮਿਲ ਜਾਣਗੇ ਵੀਡੀਓਜ਼ ਦੀ ਫਾਰਮ ਦੇ ਵਿੱਚ ਤੁਸੀਂ ਇੱਥੇ ਦੇਖ ਸਕਦਾ ਹੋ ਤੇ ਨਾਲ ਤੁਹਾਨੂੰ ਹੋਰ ਵੀ ਫੈਕਟਸ ਮਿਲਣਗੇ ਤਾਂ ਕਿ ਤੁਹਾਡੇ ਉਹ ਇੰਪੋਰਟੈਂਟ ਫੈਕਟਸ ਵੀ ਕਵਰ ਹੋ ਜਾਣ ਤੇ ਕੁਐਸਚਨਸ ਵੀ 2019 ਦੇ ਵਿੱਚ ਜਿਹੜੇ ਵੀ ਐਗਜ਼ਾਮਸ ਹੋਏ ਆ ਪੀਪੀਐਸਸੀ ਦੇ ਉਹਨਾਂ ਵਿੱਚ ਡਾਇਰੈਕਟ ਕੁਐਸਚਨਸ ਆਏ ਨੇ ਵੀਡੀਓਜ਼ ਚੋ ਸੋ ਇਹ ਇਹ ਵੀਡੀਓਜ਼ ਨੂੰ ਬਿਲਕੁਲ ਨਾ ਛੱਡਿਓ ਅਗਰ ਤੁਸੀਂ ਅੱਛਾ ਸਕੋਰ ਕਰਨਾ ਚਾਹੁੰਦੇ ਹੋ ਇਹ ਵਾਲੇ ਇਹ ਵਾਲੇ ਪੇਪਰ ਦੇ ਵਿੱਚ ਓਕੇ ਜਿਵੇਂ ਤੁਹਾਨੂੰ এনवायरमेंट ਦੀ 8 ਵੀਡੀਓਜ਼ ਮਿਲ ਜਨ ਗਿਆ ਦੈਨ ਮਾਡਰਨ ਹਿਸਟਰੀ ਦੀਆਂ 13 ਵੀਡੀਓਜ਼ ਉਸ ਤੋਂ ਇਲਾਵਾ ਪੋਲੀਟੀ ਦੀਆਂ 12 ਵੀਡੀਓਜ਼ ਦੈਨ ਸਾਇੰਸ ਦਿਆਂ 8 ਵੀਡੀਓਜ਼ ਓਕੇ ਉਸ ਤੋਂ ਇਲਾਵਾ ਯੂਨਾਈਟਿਡ ਨੇਸ਼ਨ ਜਿਹੜਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦਾ ਤੁਹਾਨੂੰ ਕਹਿ ਰਹੀਆਂ ਹੈਡ ਕੁਆਟਰਸ ਬਾਰੇ ਪੁੱਛਦੇ ਹਨ ਕਾਫੀ ਇੰਪੋਰਟੈਂਟ ਟਾਪਿਕ ਹੈ ਸੋ ਇਹਨੂੰ ਵੀ ਜ਼ਰੂਰ ਕਵਰ ਕਰ ਲਿਓ ਥੈਨ ਅਗਰ ਆਪਾਂ ਨੈਕਸਟ ਗੱਲ ਕਰੀਏ ਇਕਤਾ ਪੀਪੀਐਸਸੀ ਦੇ ਵਿੱਚ ਪ੍ਰੀਵੀਅਸ ইয়ার ਕੁਐਸਚਨ ਪੀਪੀਐਸਸੀ ਦੇ ਪੁੱਛਦੇ ਹਨ ਨਾਲ ਹੀ ਯੂਪੀਐਸਸੀ ਦੇ ਵੀ ਪ੍ਰੀਵੀਅਸ ইয়ার ਕੁਐਸਚਨਸ ਪੁੱਛਦੇ ਹਨ ਸੋ ਇਹਨਾਂ ਨੂੰ ਵੀ ਮੈਂ ਜਲਦੀ ਤੋਂ ਜਲਦੀ ਕਵਰ ਕਰਨ ਦੀ ਕੋਸ਼ਿਸ਼ ਕਰੂੰਗੀ ਬੇਸਿਕਲੀ 2011 ਤੋਂ ਲੈ ਕੇ 2019 ਤੱਕ ਦੇ ਤੁਸੀਂ ਕਵਰ ਕਰ ਲੋਗੇ ਤਾਂ ਵਿਦਿਆ ਰਹੂਗਾ ओके ਹੁਣ ਨੈਕਸਟ ਅਗਰ ਆਪਾਂ ਪੰਜਾਬ ਸਟੈਟਿਕ ਦੀ ਗੱਲ ਕਰੀਏ ਪੰਜਾਬ ਸਟੈਟਿਕ ਦੇ ਵਿੱਚ ਜਿਹੜੇ ਜਨਰਲੀ ਕੁਐਸਚਨਸ ਦੇਖਣ ਨੂੰ ਮਿਲਦੇ ਆ ਉਹ ਪੰਜਾਬ ਦੀ ਹਿਸਟਰੀ ਚੋਂ ਪੰਜਾਬ ਦੇ ਕਲਚਰ ਚੋਂ ਤੇ ਜਿਹੜਾ ਵੈਸੇ ਹੀ ਸਟੈਟਿਕ ਪੋਰਸ਼ਨ ਹੁੰਦਾ ਜਿਵੇਂ ਪੰਜਾਬ ਦੀ ਬੇਸਿਕ ਡਿਟੇਲਸ ਉਹਦੇ ਵਿੱਚੋਂ ਕੁਐਸਚਨਸ ਦੇਖਣ ਨੂੰ ਮਿਲਦੇ ਆ ਹਿਸਟਰੀ ਦੇ ਵਿੱਚ ਜਿਵੇਂ ਗੁਰੂ ਜੀ ਨਾਲ ਰਿਲੇਟਡ ਕੋਈ ਵੀ ਕੁਐਸਚਨ ਆ ਜਾਂਦਾ ਹੈ ਉਹਨਾਂ ਦੀ ਬੈਟਲਸ ਨਾਲ ਰਿਲੇਟਡ ਕੋਈ ਕੁਐਸਚਨ ਆ ਜਾਂਦਾ ਹੈ ਉਹਨਾਂ ਦੀ ਲਾਈਫ ਨਾਲ ਰਿਲੇਟਡ ਕੋਈ ਕੁਐਸਚਨ ਆ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਉੱਪਰ ਕੁਐਸਚਨ ਬਹੁਤ ਆਉਂਦੇ ਆ ਪੇਪਰ 'ਚ ਬੰਦਾ ਸਿੰਘ ਬਹਾਦਰ ਜੀ ਦੇ ਉੱਪਰ ਬਹੁਤ ਕੁਐਸਚਨਸ ਆਉਂਦੇ ਆ ਮਿਸल्स ਦੇ ਰਿਗਾਰਡਿੰਗ ਕੁਐਸਚਨ ਆਉਂਦੇ ਆ ਸੋ ਇਸ ਟਾਈਪ ਦੇ ਕੁਐਸਚਨਸ ਉਸ ਤੋਂ ਬਾਅਦ ਅਗਰ ਆਪਾਂ ਕਲਚਰ ਦੀ ਗੱਲ ਕਰੀਏ ਕੋਈ ਵੀ ਡਾਂਸ ਫਾਰਮ ਦਿੱਤੀ ਮੇਲ ਐ ਫੀਮੇਲ ਦੀ ਹੈ ਉਹ ਪੁੱਛ ਲਨਗੇ ਜਾਂ ਫਿਰ ਕੋਈ ਵੀ ਔਰਨਾਮੈਂਟ ਬਾਰੇ ਪੁੱਛ ਲਿਆ ਕਿ ਇਹਨੂੰ ਇਹ ਮੇਲਸ ਲਈ ਹੈ ਜਾਂ ਫੀਮ then static part ਦੇ ਵਿੱਚ ਪੰਜਾਬ ਦੇ ਬੇਸਿਕ ਡਿਟੇਲਸ ਜਿਵੇਂ ਵੀਐਸਸੀ ਕਿਹੜੀ ਡਿਸਟ੍ਰਿਕਟ ਐ ਜਿਹਦੀ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਐ ਸੋ ਹੁਣ ਆਪਾਂ ਗੱਲ ਕਰਦੇ ਹਾਂ ਤੁਸੀਂ ਇਹਨੂੰ ਕਵਰ ਕਿੱਥੋਂ ਕਰ ਸਕਦੇ ਹੋ ਚੈਨਲ ਦੇ ਉੱਪਰ ਦੇਖੋ ਤੁਹਾਨੂੰ ਪੰਜਾਬ ਹਿਸਟਰੀ ਦੇ ਉੱਪਰ ਵੀਡੀਓਜ਼ ਮਿਲ ਜਨ ਗਿਆ ਤੇ ਪੰਜਾਬ ਸਟੈਟਿਕ ਜੀਕੇ ਦੇ ਉੱਪਰ ਵੀਡੀਓਜ਼ ਮਿਲ ਜਨ ਗਿਆ ਇਹਦੇ ਵਿੱਚ ਉਹ ਡਾਇਰੈਕਟ ਕੁਐਸਚਨਸ ਆਏ ਹੋਏ ਆ ਐਗਜ਼ਾਮਸ ਦੇ ਵਿੱਚ ਸੋ ਤੁਸੀਂ ਇਹ ਦੇਖ ਲਿਓ ਤੁਹਾਨੂੰ ਬਹੁਤ ਹੈਲਪ ਮਿਲੂ ਜਿਹੜਾ ਵੀ ਪੋਰਸ਼ਨ ਬਚਾਇਆ ਉਹਨਾਂ ਨੂੰ ਵੀ ਆਉਣ ਵਾਲੇ ਟਾਈਮ 'ਚ ਕਵਰ ਕਰਨ ਦੀ ਕੋਸ਼ਿਸ਼ ਕਰੂੰਗੀ ਜਲਦੀ ਤੋਂ ਜਲਦੀ ਸੋ ਬਾਕੀ ਤੁਸੀਂ ਕੋਈ ਵੀ ਬੁੱਕ ਅੱਛੀ ਫਾਲੋ ਕਰ ਸਕਦੇ ਹੋ ਪੰਜਾਬ ਜੀ ਕੇ ਨੂੰ ਕਵਰ ਕਰਨ ਦੇ ਲਈ ਉਸ ਤੋਂ ਇਲਾਵਾ ਅਗਰ ਆਪਾਂ ਨੈਕਸਟ ਕਰੰਟ ਅਫੇਅਰਸ ਦੀ ਗੱਲ ਕਰੀਏ ਕਰੰਟ ਅਫੇਅਰਸ ਜਿਹੜੇ ਮੇਨ ਆਉਂਦੇ ਆ ਪੰਜਾਬ ਲੈਵਲ ਦੇ ਤੇ ਨਾਲ ਇੰਡੀਆ ਲੈਵਲ ਦੇ ਕਰੰਟ ਅਫੇਅਰਸ ਪੁੱਛਦੇ ਆ ਠੀਕ ਹੈ ਉਹਨਾਂ ਕਰੰਟ ਅਫੇਅਰਸ ਜਿਹੜੇ ਨੇ ਉਹ ਤੁਸੀਂ ਨਵੰਬਰ 2019 ਤੋਂ ਲੈ ਕੇ ਜਿਵੇਂ ਮਾਰਚ ਤੁਹਾਡਾ ਪੇਪਰ ਹੈ ਫੈਬ 2019 ਤੱਕ ਦੇ ਕਵਰ ਕਰ ਸਕਦੇ ਹੋ ਆਈ ਥਿੰਕ ਮੋਰ ਦੈਨ ਸਫੀਸ਼ੀਐਂਟ ਹੈ ਪਹਿਲਾ ਇਹਨਾਂ ਨੂੰ ਛੇ ਤਰੀਕੇ ਨਾਲ ਕਰੋ ਜਿਹੜੇ ਉਹ ਤੋਂ ਪਹਿਲਾਂ ਵਾਲੇ ਆ ਉਹ ਬਾਅਦ ਚ ਉਹਨਾਂ ਦੇ ਉੱਪਰ ਧਿਆਨ ਦਿਓ ਓਕੇ கரنٹ ਅਫੇਅਰ ਦੀਆਂ ਵੀ ਤੁਹਾਨੂੰ ਚੈਨਲ ਉੱਪਰ ਵੀਡੀਓਜ਼ ਮਿਲ ਜਣਗੀਆਂ ਸੋ ਤੁਸੀਂ ਉੱਥੋਂ ਕਵਰ ਕਰ ਸਕਦੇ ਹੋ ਸੋ ਨੈਕਸਟ ਜਿਹੜਾ ਪਾਰਟ ਰਹਿ ਗਿਆ ਉਹ ਹੈਗਾ ਐਗਰੀਕਲਚਰ ਵਾਲਾ ਠੀਕ ਹੈ ਉਹ ਜਿਹੜਾ ਬੀਐਸਸੀ ਐਗਰੀਕਲਚਰ ਚ ਤੁਹਾਡਾ ਸਿਲੇਬਸ ਹੈ ਬੇਸਿਕਲੀ ਉਹੀ ਆਣਾ ਹੈ ਜਿਹੜੇ 100 ਕੁਐਸਚਨਸ ਆਣੇ ਆ ਸੋ ਇਹਦੇ ਵਿੱਚ ਟੌਪਿਕਸ ਨੇ ਟੈਕਨੋਲੋਜੀਜ਼ ਫਾਰ ਇੰਪਰੂਵਡ ਕਲਚਰ ਪ੍ਰੈਕਟਿਸਿਸ ਫਾਰ ਖਰੀਫ ਐਂਡ ਰਬੀ ਕrops ਫਰੋਮ ਸੀਡਿੰਗ ਟੂ ਸੀਡ ਥੈਟ ਇਜ਼ ਗ੍ਰ Maturation, then field preparation, sowing methods, time of sowing, efficient management practices for fertilization, irrigation, weed control, nutrient recycling, mulches, crop residue management, crop rotation, multiple cr cropping, then mixed cropping, intercropping, cultivation of cash crops, integrated disease and pest management in kharif and rabi crops. The students, a paper on agriculture. ਦੇ ਬਾਰੇ ਤਾਂ ਪੜ੍ਹਿਆ ਹੀ ਹੋਊਗਾ ਗ੍ਰੈਜੂਏਸ਼ਨ ਦੇ ਵਿੱਚ ਜਾਂ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਸੋ ਮੈਂ ਤੁਹਾਨੂੰ ਇਹ ਹੀ ਕਹੂੰਗੀ ਵੀ ਜਿਹੜੀ ਬੁੱਕਸ ਤੁਸੀਂ ਉਸ ਟਾਈਮ ਪੜ੍ਹੀਆਂ ਨੇ ਨਾ ਤੁਹਾਡੇ ਕੋਲ ਸਿਲੇਬਸ ਤਾਂ ਹੈਗਾ ਉਹ ਫਾਲੋ ਕਰੋ ਬਿਕਾਜ਼ ਤੁਸੀਂ ਉਹ ਬੁੱਕs ਇੱਕ ਵਾਰ ਪੜ੍ਹੀਆਂ ਹੋਈਆਂ ਨੇ ਤਾਂ ਤੁਹਾਨੂੰ ਈਜ਼ੀ ਹੋਊਗਾ ਉੱਥੋਂ ਕਵਰ ਕਰਨਾ ओके आई होप ਤੁਹਾਨੂੰ ਸਾਰਾ ਸਮਝ ਲੱਗ ਗਿਆ ਹੋਊਗਾ ਕਿ ਕਿਸ ਤਰੀਕੇ ਨਾਲ ਤਿਆਰੀ ਕਰਨੀ ਹੈ ਕਿਵੇਂ-ਕਿਵੇਂ ਕਰਨੀਆਂ ਕਿਹੜੇ ਸੋਰਸਸ ਫਾਲੋ ਕਰਨੇ ਆ ਸੋ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਚਾਹਣੀ ਆ ਜੀਕੇ ਦੇ ਲੈ ਕੇ ਤੁਸੀਂ ਕੋਈ ਕੰਬਾਈਨਡ ਬੁੱਕ ਫਾਲੋ ਕਰਨਾ ਚਾਹੁੰਦੇ ਹੋ ਤਾਂ ਲਿਉਸਨ ਜੀਕੇ ਰਿਹਨ ਜੀਕੇ ਉਹ ਬੁੱਕ ਫਾਲੋ ਕਰ ਸਕਦੇ ਹੋ ਤੁਹਾਨੂੰ ਸਾਰੇ ਸਬਜੈਕਟਸ ਦੇ ਉੱਪਰ ਮਿਲ ਜੂਗੀ ਡਿਟੇਲਸ ਦੇਖਵਾਣੇ ਤਾਂ 10 ਕੁਐਸਚਨ ਹੀ ਆ ਤਾਂ ਜ਼ਿਆਦਾ ਇਧਰ-ਉਧਰ ਪੜਨ ਦੀ ਬਜਾਏ ਕੋਈ ਐਸਾ ਸੋਰਸ ਫਾਲੋ ਕੀਤਾ ਜਾਵੇ ਜਿਹਦਾ ਕੰਮ ਵੀ ਆਵੇ ਠੀਕ ਹੈ ਸੋ ਜਿਹੜੀਆਂ ਵੀਡੀਓਜ਼ ਤੁਹਾਨੂੰ ਮੈਂ ਦੱਸਤੀਆਂ ਇਹਨਾਂ ਨੂੰ ਜ਼ਰੂਰ ਦੇਖਿਓ ਇਹਨਾਂ ਨੂੰ ਬਿਲ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਆਈ ਹੋਪ ਤੁਹਾਨੂੰ ਸਾਰਾ ਸਮਝ ਲੱਗ ਗਿਆ ਹੋਊਗਾ ਥੈਂਕ ਯੂ so much